हेलो जी, किदा सारे? ठीक ठाक हो? वधिया हो? वधिया हो ना? तुसी वधिया? हाँ जी, बिल्कुल असी ते बिल्कुल ठीक ठाक वधिया। ही वधिया होना चाहिए। रब सारे नूं चढ़दी कलाश रखे जी। अज अपने कोल जिहड़ा गीत है जी, वह है सरूर अर्जन ढिल्लों 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 साहब का गीत है। चलो सुनने हैं जी आपां। ते करिए प्ले फिर। जी सरूर एक दिन ढिल्लों आया, चलो वेखने हैं कितना। चल दिया चल जाना सा तो धोखा खाना चुरत रखी हाड़ा नी किता असी कोई कम माड़ा नी किता नरकां विच साडी थां नी होनी तेरे कोल जवान नी होना छड परे साडा जी नी लगना सुरगां विच बजा नी होना छड परे साडा जी नी लगना सुरगां विच ਸੀ ਅੱਜ ਦਾ ਗੀਤ ਤੇ ਸਰੂਰ ਸਰੂਰ ਤੇ ਸਰੂਰ ਸਵਰਗਾਂ ਹੀ ਆ ਵਿੱਚ ਗਿਆ ਪੰਜਾਬ ਸੁਣ ਕੇ ਨਹੀਂ ਆਉਣਾ ਹੈ, ਸੁਣ ਕੇ ਵੀ ਸਰੂਰ ਹੀ ਆ ਰਹੀ ਹੈ ਬਿਲਕੁਲ। ਤੇ ਮਤਲਬ ਉੱਥੇ ਸਾਡਾ ਜੀ ਨਹੀਂ ਲੱਗਣਾ, ਜੀ ਨਹੀਂ ਲੱਗਣਾ ਸਵਰਗਾਂ ਵਿੱਚ ਤੇ ਪੰਜਾਬ ਨਹੀਂ ਬਾਕੀ ਹੋਣਾ, ਪੰਜਾਬ ਵਰਗੀ ਕੋਈ ਚੀਜ਼ ਵੀ ਕੋਈ ਕੋਈ ਚੀਜ਼ ਕਿਤੇ ਨਹੀਂ ਵੀ ਟੁਰ ਜਾਓ ਲੱਗਦੀ ਤੁਹਾਨੂੰ ਪੰਜਾਬ ਦੀ ਯਾਦ ਆਉਂਦੀ ਹੈ। ਆਏਗੀ ਜਿਹੜਾ ਪੰਜਾਬੀ ਹੈ ਨਾ, ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਟੁਰ ਜੇ ਨਾ, ਤੇ ਉਹਨੂੰ ਪੰਜਾਬ ਦੀ ਖਿੱਚ ਜ਼ਰੂਰ ਹੁੰਦੀ ਹੈ, ਖਿੱਚ ਪੈਂਦੀ ਹੈ ਕਿ ਯਾਰ ਆਪਣਾ ਵਤਨ, ਆਪਣਾ ਦੇਸ਼ ਜਿਹੜਾ ਨਾ, ਆਪਣੀ ਮਿੱਟੀ, ਉਹ ਧਰਤੀ, ਉੱਧਰ ਨੂੰ ਜਾਈਏ, ਉੱਧਰ ਨੂੰ ਹੈ, ਉੱਥੇ ਜਾ ਕੇ ਤੇ ਹਾਏ ਯਾ ਗੁੱਲੀ ਡੰਡੇ ਖੇਡਣੇ ਨਹੀਂ ਕਿਉਂ ਆਉਂਦੇ ਆ? ਗੁੱਲੀ ਡੰਡਾ, ਗੁੱਲੀ ਡੰਡਾ ਕੌਣ ਖੇਡਦਾ ਹੁੰਦਾ ਸੀ ਤੁਹਾਡੇ ਵਿੱਚੋਂ? ਮਤਲਬ ਗਿੱਲੀ ਜਾਂ ਡੰਡਾ ਉਹ ਬਣਾ ਕੇ ਖੇਡਣਾ, ਇੱਕ ਵਾਂਝੂ ਖੇਡੀਦਾ ਹੁੰਦਾ ਸੀ, ਕੜੋਲ, ਹਾਂ ਬੜੀਆਂ ਖੇਡਾਂ ਸਨ ਨਿੱਕੇ ਨਿੱਕੇ ਹੁੰਦੇ, ਬਾਂਦਰ ਕਿਰਲਾ ਖੇਡੀਦਾ ਹੁੰਦਾ ਸੀ ਮਤਲਬ ਬੜੇ, ਹਾਂ ਕੋਕਲਾ ਛਪਾਕੀ, ਕੋਕਲਾ ਛਪਾਕੀ ਹੁੰਦਾ ਸੀ, ਜਿਹੜਾ ਪਿੱਛੇ ਮੁੜ ਕੇ ਵੇਖੇ ਉਹਦੀ ਸ਼ਾਮਤ ਆਈ, ਉਹ ਪਿੱਛੇ ਗੋਲ ਦਾਇਰਾ ਬਣਾ ਲੈਣਾ। ਮਤਲਬ ਪੰਜਾਬ
ਮੈਨੂੰ ਨਹੀਂ ਲੱਗਦਾ ਕਿ ਦੂਜਿਆਂ ਦੇ ਮਤਲਬ ਇਦਾਂ ਦੀਆਂ ਖੇਡਾਂ ਹੋਣਗੀਆਂ ਜਿਹੜੀਆਂ ਪੰਜਾਬ ਦੀਆਂ ਖੇਡਾਂ ਸਨ, ਰੌਣਕਾਂ, ਬੱਚੇ ਨਿੱਕੇ ਨਿੱਕੇ ਜਿੱਦਾਂ ਮਤਲਬ ਇੱਕ ਆਪਣਾ ਨਸ਼ਾ, ਇੱਕ ਆਪਣੀ ਚੀਜ਼, ਆਪਣੀ ਧਰਤੀ, ਅਤੇ ਉਹਦੇ ਤੋਂ ਰਿਲੇਟਡ ਹੀ ਇਹਨਾਂ ਨੇ ਗੀਤ ਜਿਹੜਾ ਹੈ ਗਾਇਆ ਅਰਜਨ ਢਿੱਲੋਂ ਹੋਣਾ ਨੇ, ਅਤੇ ਪੰਜਾਬ, ਵੈਸੇ ਇਹਦਾ ਟਾਈਟਲ ਸਰੂਰ ਅਰਜਨ ਢਿੱਲੋਂ, ਲੇਕਿਨ ਪੰਜਾਬ ਜਿਹੜਾ ਨਾ ਹੋਣਾ ਚਾਹੀਦਾ ਸੀ ਗੀਤ ਦਾ ਨਾਮ। ਬਾਕੀ ਉਹਨਾਂ ਨੇ ਕਿਹਾ ਨਾ ਕਿ ਪੰਜਾਬ ਦੇ ਵਿੱਚ ਜੋ ਸਰੂਰ ਉਹ ਸਾਨੂੰ ਕਿਸੇ ਹੋਰ ਸ਼ਹਿਰ ਦੇ ਵਿੱਚ ਹੋਰ ਕਿਤੇ ਵੀ ਸਰੂਰ ਹੋ ਰਿਹਾ। ਬਾਕੀ ਕਿਦਾਂ ਲੱਗਾ? ਬਹੁਤ ਵਧੀਆ ਲੱਗਾ, ਮਤਲਬ ਪੰਜਾਬੀ ਹੋਣ ਤੇ ਸਾਨੂੰ ਫਖਰ ਹੈ। ਹਾਂ, ਪ੍ਰਾਊਡ ਟੂ ਬੀ ਪੰਜਾਬੀ, ਪੰਜਾਬੀ ਹੋਣ ਤੇ ਮਾਣ ਹੋਣਾ ਚਾਹੀਦਾ। ਔਰ ਬੜੇ ਬਦਬਖਤ ਨੇ ਉਹ ਲੋਕ ਜਿਹੜੇ ਮਤਲਬ ਆਉਂਦੇ ਨੇ ਜੀ, ਕਈ ਬੰਦੇ, ਕਈ ਪੰਜਾਬੀ ਏਦਾਂ ਸੋਚਦੇ ਨੇ ਯਾਰ ਇਹ ਬੰਦੇ ਨੂੰ ਉਰਦੂ ਨਹੀਂ ਆਉਂਦੀ, ਇਹਨੂੰ ਇੰਗਲਿਸ਼ ਨਹੀਂ ਆਉਂਦੀ, ਠੀਕ ਹੈ ਇਹ ਤੇ ਇਹ ਜਿਹੜਾ ਜਾਹਲ ਹੈ ਉਹ ਪੰਜਾਬੀ ਬੋਲੇ। ਕਈ ਐਸੇ ਬੰਦੇ ਹੈਗੇ ਨੇ ਭਾਵੇਂ ਆਹ ਵੀ ਪੰਜਾਬੀ ਹੋਣ, ਉਹ ਕਿਸੇ ਉਹਨੂੰ ਪੰਜਾਬੀ ਵੇਖ ਕੇ ਬੋਲੇ ਨਾ ਨਹੀਂ ਨਹੀਂ ਕਹਿੰਦਾ ਪੰਜਾਬੀ ਨਹੀਂ, ਉਹ ਉਰਦੂ ਨੂੰ ਬਾਤ ਕਰੋ। ਹਾਂ ਮਤਲਬ ਹੁੰਦਾ ਹੈ ਇੱਦਾਂ, ਲੇਕਿਨ ਇੱਕ ਚੀਜ਼ ਹੈ ਕਿ ਆਪਾਂ ਵੇਖ ਲਓ ਕਿ ਪੰਜਾਬ ਦੇ ਵਿੱਚ ਫਿਰਦੇ ਹੋਈਏ ਜਿੱਥੇ ਮਰਜ਼ੀ ਕਿਸੇ ਵੀ ਦੁਕਾਨ ਤੇ ਟੁਰ ਜਾਓ, ਕੋਈ ਬਹੁਤ ਰੇਅਰ ਕੇਸ ਹੈ ਕਿ ਉਰਦੂ ਬੋਲਣ ਵਾਲਾ ਹੋਏਗਾ ਪੰਜਾਬੀ, ਜਿਹੜੀ ਦੁਕਾਨ ਦੇ ਵੀ ਟੁਰ ਜਾਓ ਪੰਜਾਬੀ ਚੱਲਣ ਡਈ ਹੈ। ਆਪਾਂ ਵੀ ਦੇਖ ਲਓ, ਆਪਾਂ ਕਿਤੇ ਵੀ ਸਿੰਧ ਚੱਲ ਜਾਂਦੇ ਹਾਂ ਕਿਤੇ ਇੱਧਰ ਉੱਧਰ, ਉੱਥੇ ਜਾ ਕੇ ਆਪਾਂ ਪੰਜਾਬੀ ਹੀ ਬੋਲਣੀ, ਆਪਾਂ ਪੰਜਾਬੀ ਬੋਲਣੀ, ਆਪਾਂ ਪੰਜਾਬੀ ਹੀ ਬੋਲਣੀ, ਹਾਂ ਪੰਜਾਬੀ ਦੀ ਸਮਝ ਆਉਂਦੀ ਹੈ। ਲੇਕਿਨ ਸਮ ਟਾਈਮ ਇਹ ਹੁੰਦਾ ਇਨ ਕੇਸਿਸ ਕਿ ਜਦੋਂ ਆਪਾਂ ਕਰਾਚੀ ਵੱਲ ਜਾਈਏ ਤੇ ਮੋਸਟਲੀ ਉਰਦੂ ਸਪੀਕਿੰਗ ਲੱਭਦੇ ਨੇ, ਫਿਰ ਜਾਂ ਸਿੰਧੀ ਜਿਹੜੇ ਨੇ ਉਹ, ਫਿਰ ਬੰਦਾ ਜਾਂਦਾ ਕਿ ਯਾਰ ਉਹਨਾਂ ਦੇ ਨਾਲ ਜਾ ਕੇ ਜਿਨ੍ਹਾਂ ਨੂੰ ਕਈਆਂ ਨੂੰ ਸਮਝ ਆ ਜਾਂਦੀ ਹੈ, ਮੋਸਟਲੀ ਆ ਹੀ ਜਾਂਦੀ ਹੈ ਪੰਜਾਬੀ। ਕਹਿੰਦੇ ਪੰਜਾਬੀ ਦੀ ਸਾਨੂੰ ਜਦੋਂ ਤੁਸੀਂ ਬੋਲਦੇ ਹੋ ਨਾ ਉਹ ਸਾਨੂੰ ਹਾਲੇ ਕਿ ਸਮਝ ਆਈ ਨਹੀਂ ਸਾਨੂੰ, ਬਸ ਬੋਲ। ਮੈਂ ਤਾਂ ਕਈ ਪਠਾਣਾਂ ਨੂੰ ਪੰਜਾਬੀ ਬੋਲਦਿਆਂ ਵੇਖਿਆ। ਹਾਂ ਕਹਿੰਦੇ ਸਾਨੂੰ ਪਠਾਣ ਕਈ ਪੰਜਾਬੀ ਬੋਲਦੇ ਨੇ, ਕਈ ਤਰ੍ਹਾਂ ਸਾਨੂੰ ਕਹਿੰਦਾ ਸਿਰਫ ਸਹੀ ਤਰ੍ਹਾਂ ਬੋਲਣੀ ਨਹੀਂ ਆਉਂਦੀ, ਅਸੀਂ ਸਮਝ ਜਾਂਦੇ ਹਾਂ ਕਿ ਤੁਸੀਂ ਕਹਿ ਕੀ ਰਹੇ ਹੋ। ਹਾਂ ਕਹਿੰਦੇ ਸਾਨੂੰ ਸਮਝ ਆ ਜਾਂਦੀ ਬਿਲਕੁਲ। ਚਲੋ ਬਾਕੀ ਅਗਲਾ ਵੀਡੀਓ ਵੇਖੀਏ। ਚਲੋ ਜੀ, ਗੀਤ ਕਿੱਦਾਂ ਲੱਗਾ ਤੁਹਾਨੂੰ ਅੱਜ ਆਇਆ? ਤੇ ਕਈ ਵੀਰਿਆਂ ਨੇ ਪਹਿਲੀ ਵਾਰੀ ਸਾਡੇ ਨਾਲ ਸੁਣਿਆ ਹੋਣਾ, ਉਹ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਆਪਾਂ ਹੁਣ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ। ਰੱਖੋ ਆਪਣਾ ਖਿਆਲ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ, ਪੰਜਾਬ ਚੜ੍ਹਦੀ ਕਲਾ 'ਚ ਰਹੇ, ਤੇ ਹੁਣ ਦਿਓ ਇਜਾਜ਼ਤ ਸਾਨੂੰ।